ਅੱਛਾ ਜੀ ਗੱਲ ਜੀ ਸਾਰਿਆਂ ਨੂੰ ਸਨ ਰਿਹਾ ਤੁਸੀਂ ਕੁਲਵਿੰਦਰ ਸਿੰਘ ਦੇ ਨਾਲ ਇਟਾਲੀਨ ਖਬਰਾਂ ਪੰਜਾਬੀ ਦੇ ਵਿੱਚ ਤੁਹਾਡਾ ਸਾਰਿਆਂ ਦਾ ਜੀ ਦੀਆਂ ਖਬਰਾਂ ਦੇ ਵਿੱਚ ਸਵਾਗਤ ਹੈ ਜੀ ਇਟਲੀ ਦੀਆਂ ਖਬਰਾਂ ਵੱਲ ਚਲਦੇ ਹਾਂ ਜੀ ਇਟਲੀ ਦੇ ਵਿੱਚ ਇਮੀਗ੍ਰੇਸ਼ਨ ਦਾ ਇਸ ਟਾਈਮ ਪੂਰਾ ਵਿਵਾਦ ਚੱਲ ਰਿਹਾ ਜੀ ਇਟਲੀ ਦੀ ਇਮੀਗ੍ਰੇਸ਼ਨ 27 ਅਪ੍ਰੈਲ 27 ਮਾਰਚ ਨੂੰ ਸੌਦੀ ਖੁੱਲਣੀਆਂ ਸਵੇਰੇ 9 ਵਜੇ ਤੇ ਉਹਦੇ ਉੱਤੇ ਇੱਕ ਹੋਰ ਸਾਨੂੰ ਸਵਾਲ ਪੁੱਛਿਆ ਜਾ ਰਿਹਾ ਕਹਿੰਦੇ ਭਾਜੀ ਜੇ 27 ਮਾਰਚ ਨੂੰ ਸਵੇਰੇ 9 ਵਜੇ ਖੁੱਲਣੀਆਂ ਇਸ ਦਾ ਮਤਲਬ ਇਹ ਹੈ ਕਿ ਜਿਹੜੇ ਪੇਪਰ ਆ ਉਸ ਤੋਂ 15 ਦਿਨ ਬਾਅਦ ਭਰੇ ਜਾ ਸਕਦੇ ਆ ਤੇ ਅਪ੍ਰੈਲ ਦੇ ਮਹੀਨੇ ਵਿੱਚ ਪਰ ਹੁਣੇ ਆ ਅਸਲ ਦੇ ਵਿੱਚ ਪਹਿਲਾਂ ਜਦ ਉਸ ਟਾਈਮ ਕਾਨੂੰਨ ਪਾਸ ਹੋਇਆ ਸੀ ਦੇਖਣ ਨੂੰ ਇਸ ਤਰ੍ਹਾਂ ਹੀ ਲੱਗਾ ਸੀ ਪਰ ਜੇਕਰ ਜਿਹੜੇ ਕੁਝ ਬੰਦੇ ਜੇ ਅਸੀਂ ਕਹਿ ਸਕਦੇ ਹਾਂ ਜੇਕਰ ਕਈ ਮਾਲਕ ਜਾਂ ਏਜੰਟ ਥੋੜੇ ਜਿਹਾ ਆਪਣੇ ਆਪ ਨੂੰ ਚਲਾਕ ਸਮਝਣ ਤਾਂ ਉਹ ਤਕਰੀਬਨ 27 ਮਾਰਚ ਤੋਂ 2 ਜਾਂ 3 ਹਫ਼ਤੇ ਪਹਿਲਾਂ ਬੰਦਿਆਂ ਦੇ ਲਈ ਅਨਪਾਲ ਦੇ ਥਰੂ ਆਪਣੇ ਚੈਂਦਰੂ ਚੈਂਦਰੂਦੀਪੀਏਗੋ ਦੇ ਵਿੱਚ ਬੰਦੇ ਦੀ ਮੰਗ ਕਰ ਸਕਦੇ ਆ ਇਸ ਤਰੀਕੇ ਦੇ ਨਾਲ ਕਾਰਨ ਦੇ ਨਾਲ ਕੀ ਹੋਣਾ ਉਹਨਾਂ ਦੇ ਕੋਲ ਉਹੀ 15-20 ਦਿਨ ਦਾ ਟਾਈਮ ਬੰਦਾ ਚੈੱਕ ਕਰਨ ਦਾ ਬੰਦਾ ਰਿਜੈਕਟ ਕਰਨ ਦਾ ਜਾਂ ਫਿਰ ਪੇਪਰ ਉੱਥੇ ਉਹਨਾਂ ਤੋਂ ਰਿਸਪਾਂਸ ਨਾ ਮਿਲਣ ਦਾ ਇਸ ਤਰ੍ਹਾਂ ਕਰਨ ਦੇ ਨਾਲ ਕੀ ਹੋਣਾ ਜੀ ਬਹੁਤ ਹੀ ਸਾਫ਼ ਸਫਾਈ ਦੇ ਨਾਲ 27 ਮਾਰਚ ਸਵੇਰੇ 9 ਵਜੇ ਪੇਪਰ ਪਰ ਹੋ ਜਾਣੇ ਤੇ ਕੋਟਾ ਜਿੰਨੇ ਵੀ ਬੰਦਿਆਂ ਨੇ ਭਰਨੇ ਬਹੁਤ ਛੇਤੀ ਨਿਕਲ ਜਾਣੇ ਕਿਉਂਕਿ ਜਿਹੜੇ ਜਿਹੜੇ ਬੰਦਿਆਂ ਨੇ ਉਤੋਂ ਬੰਦੇ ਮੰਗੇ ਹੋਣਗੇ ਮਾਲਕਾਂ ਨੇ ਉਹਨਾਂ ਦਾ ਜੇਕਰ ਲੈਟਰ ਨਹੀਂ ਆਇਆ ਉਦੋਂ ਕੋਈ ਰਿਸਪੌਂਸ ਨਹੀਂ ਆਇਆ ਤੇ ਅਪ੍ਰੈਲ ਤੱਕ ਉਹ ਡਿੱਕਣਾ ਪੈ ਗਿਆ ਤਾਂ ਜਿਨ੍ਹਾਂ ਨੇ ਮਾਰਚ ਵਾਲੇ ਦਿਨ ਕਰਨ ਉਹ ਤਾਂ ਫਿਰ ਨਿਕਲ ਜਾਣੇ ਅਸੀਂ ਇਦਾਂ ਹੀ ਕਹਾਂਗੇ ਇਟਲੀ ਦੇ ਵਿੱਚ ਜਮੀਨ ਖਿਸਕਣ ਦਾ ਮਾਮਲਾ ਮਾਮਲਾ ਸਾਹਮਣੇ ਆਇਆ ਜੀ ਬਲੂਨੀਆ ਦੀਆਂ ਪਹਾੜੀਆਂ ਦੇ ਵਿੱਚ ਬਹੁਤ ਸਾਰੀਆਂ ਫੈਮਲੀਆ ਨੂੰ ਏਵਕੂਏਟ ਕੀਤਾ ਗਿਆ ਤੇ ਇਹਨਾਂ ਦੇ ਵਿੱਚ ਦੱਸਿਆ ਜਾ ਰਿਹਾ ਹੈ ਕਿ ਵਿਲਾ ਸਾਸੋਨੇਰੋ ਕਾਲਾ ਪੱਥਰ ਇੱਕ ਵਿਲਾ ਜਿਸ ਦਾ ਨਾਮ ਸੀ ਕਮੂਨੇ ਦੀ ਜਿਹੜਾ ਬਲੋਨੀਆ ਦੇ ਵਿੱਚ ਪੈਂਦਾ ਜੀ ਮੁੰਤੇ ਰੈਂਸਿਓ ਇਸ ਤੇ ਇਹ ਖਿਸ ਗਿਆ ਤੇ ਫੈਮਿਲੀ ਨੂੰ ਜਿਹੜਾ ਏਵਕੂਏਟ ਕਰ ਲਿਆ ਗਿਆ ਤੇ ਉਸ ਤੋਂ ਬਾਅਦ ਇਸ ਟਾਈਮ ਤੁਰਕੀ ਅਤੇ ਸੀਰੀਆ ਦੇ ਵਿੱਚ ਪੁਚਾਰ ਆਇਆ ਜੇ ਹੁਣ ਤੱਕ ਦੱਸਿਆ ਜਾ ਰਿਹਾ ਹੈ ਕਿ ਸਭ ਤੋਂ ਖਤਰਨਾਕ ਪੁਚਾਰਾ 2300 ਬੰਦਿਆਂ ਦੀ ਜਿਹੜੀ ਮੌਤ ਇਸ ਟਾਈਮ ਦਰਜ ਹੋ ਚੁੱਕੀ ਹੈ ਤੇ ਬੰਦਿਆਂ ਨੂੰ ਬਾਹਰ ਕੱਢਿਆ ਜਾ ਰਿਹਾ ਹੈ ਇਹ ਵੀ ਦੱਸਿਆ ਜਾ ਰਿਹਾ ਹੈ ਕਿ 1939 ਤੋਂ ਲੈ ਕੇ ਹੁਣ ਤੱਕ ਦਾ ਸਭ ਤੋਂ ਵੱਡਾ ਭੁਚਾਲ ਤੇ 7.8 ਮੰਨੀ ਤੋਂ ਦਾ ਭੁਚਾਲ ਸੀ ਜੋ ਕਿ ਕੱਲ ਰਾਤ ਤੁਰਕੀ ਤਾ ਤੇ ਸੇਰੀਆ ਜਿਹੜਾ ਨੌਰਥ ਉਹਦੇ ਵਿੱਚ ਆਇਆ ਉਸ ਤੋਂ ਇਸ ਭੁਚਾਲ ਤੋਂ ਬਾਅਦ ਇਟਲੀ ਦੇ ਵਿੱਚ ਵੀ ਸੁਨਾਮੀ ਦਾ ਖਤਰਾ ਦੱਸਿਆ ਗਿਆ ਸੀ ਕਿ ਇਟਲੀ ਦੇ ਵਿੱਚ ਵੀ ਜਿਹੜੀ ਹੈ ਸੁਨਾਮੀ ਆ ਸਕਦੀ ਆ ਪਰ ਉਸ ਜਿਹੜਾ ਅਲਾਰਮ ਨੂੰ ਬਾਅਦ ਵਿੱਚ ਕਾਰਜ ਕਰ ਦਿੱਤਾ ਗਿਆ ਕਿ ਇਹ ਜਿਹੜਾ ਨਹੀਂ ਹੋਣਾ ਅਤੇ ਉਸ ਤੋਂ ਬਾਅਦ ਇੱਕ ਅਪਡੇਟ ਹੋਰ ਆ ਰਿਹਾ ਜੀ ਉਹ ਹੈ ਕਿ ਇੱਕ ਪਾਕਿਸਤਾਨ ਦੀ ਬੱਚੀ ਇੱਕ ਪਾਕਿਸਤਾਨ ਦੀ ਲੜਕੀ ਜੋ ਇਟਲੀ ਦੇ ਵੇਨੇ ਤੋਂ ਇਲਾਕੇ ਦੇ ਵਿੱਚ ਰਹਿ ਰਹੀ ਸੀ ਪਾਦਵਾ ਦੇ ਵਿੱਚ ਪਿੰਡ ਸ਼ਹਿਰ ਦਾ ਨਾਮ ਗਲਜੇਰਾ ਵੇਨੇਤਾ ਜਿਸ ਦੀ ਉਮਰ 19 ਸਾਲ 8 ਮਹੀਨੇ ਤੋਂ ਘਰ ਤੋਂ ਲਾਪਤਾ ਸੀ ਬਾਜ਼ਮਾ ਅਫਸਾਲ ਇਸ ਬੱਚੀ ਦਾ ਨਾਮ ਇਹ ਘਰ ਆਪਣੇ ਬਾਪਸ ਪਰਤ ਕੇ ਆ ਗਈ ਹੈ ਇਹਨੇ ਦੱਸਿਆ ਮੈਨੂੰ ਕਿਸੇ ਵੀ ਤਰ੍ਹਾਂ ਦਾ ਘਰ ਵੱਲੋਂ ਕੋਈ ਵੀ ਰੋਕ ਟੋਕ ਬੰਦਸ਼ ਜਾਂ ਮੇਰਾ ਵਿਆਹ ਜਿਹੜਾ ਨਹੀਂ ਰੱਖਿਆ ਸੀ ਜਿਸ ਕਾਰਨ ਮੈਨੂੰ ਘਰੋਂ ਭੱਜਣਾ ਪਿਆ ਘਰੋਂ ਭੱਜਣ ਦੇ ਜਿਹੜੇ ਕਾਰਨ ਨੇ ਫਿਲਹਾਲ ਦਿਲੀ ਮੈਂ ਗੋਪਤ ਰੱਖਣਾ ਚਾਹੁੰਦੀ ਆ ਪਰ ਮੇਰੀ ਫੈਮਲੀ ਮੇਰਾ ਬਹੁਤ ਖਿਆਲ ਰੱਖਦੀ ਆ ਤੇ ਮੇਰਾ ਘਰ ਤੋਂ ਭੱਜਣ ਦਾ ਮਕਸਦ ਇਹ ਨਹੀਂ ਸੀ ਕਿ ਮੇਰੇ ਘਰ ਦੇ ਮੈਨੂੰ ਜ਼ਬਰਨ ਕਿਸੇ ਪਾਸੇ ਵਿਆਣਾ ਚਾਹੁੰਦੇ ਸੀ ਤੇ ਇਹ ਕਹਿ ਰਹੀ ਆ ਕਿ ਮੈਂ ਜਿਸ ਟਾਈਮ ਆਪਣੇ ਦੋਸਤਾਂ ਦੇ ਘਰ ਬੈਠੀ ਇਹ ਖਬਰਾਂ ਪੜ੍ਹਦੀ ਸੀ ਤੇ ਮੈਨੂੰ ਇਹ ਆ ਰਿਹਾ ਸੀਗਾ ਕਿ ਮੇਰੇ ਘਰਦਿਆਂ ਦੀ ਬਹੁਤ ਹੀ ਜ਼ਿਆਦਾ ਬੇਇੱਜ਼ਤੀ ਹੋ ਰਹੀ ਹੈ ਇਸ ਕਰਕੇ ਮੈਨੂੰ ਹੁਣ ਆਪਣਾ ਦੁਬਾਰਾ ਜਿਹੜਾ ਇਹ ਵਾਪਸ ਆਣਾ ਪਿਆ ਘਰ ਦੇ ਵਿੱਚ ਕਿ ਸਾਡੇ ਘਰਦਿਆਂ ਦੀ ਇੰਨੀ ਬੇਇੱਜ਼ਤੀ ਨਾ ਹੋਵੇ ਇਟਲੀ ਦੇ ਵਿੱਚ ਇਸ ਟਾਈਮ ਸਭ ਤੋਂ ਵੱਡੀ ਪ੍ਰੋਬਲਮ ਕਿਹੜੀ ਬਣੀ ਹੈ ਇਟਾਲੀਅਨ ਪਾਸਪੋਰਟ ਇਟਾਲੀਅਨ ਪਾਸਪੋਰਟ ਲੈਣਾ ਜਿਹੜਾ ਆਪਣੇ ਬਾਹਰਲੇ ਬੰਦੇ ਆ ਇਹਨਾਂ ਦੇ ਲਈ ਪ੍ਰੋਬਲਮ ਨਹੀਂ ਜਿਹੜੇ ਇਟਾਲੀਅਨ ਆ ਉਹਨਾਂ ਦੇ ਲਈ ਵੀ ਇਟਾਲੀਅਨ ਪਾਸਪੋਰਟ ਬਹੁਤ ਵੱਡੀ ਪ੍ਰੋਬਲਮ ਪੈ ਰਹੀ ਹੈ ਜਿਨ੍ਹਾਂ ਨੂੰ ਪਹਿਲੀ ਵਾਰ ਮਿਲਣਾ ਜਿਨ੍ਹਾਂ ਦਾ ਐਕਸਪਾਇਰ ਹੋ ਗਿਆ ਜਿਨ੍ਹਾਂ ਨੂੰ ਨਵਾਂ ਲੈਣਾ ਨਾਰਮਲੀ ਜਿਹੜਾ ਕਾਨੂੰਨ ਦੇ ਹਿਸਾਬ ਦੇ ਨਾਲ ਜੇਕਰ ਦੇਖੀਏ ਜਿਹੜਾ ਪਾਸਪੋਰਟ ਆ 15 ਦਿਨਾਂ ਦੇ ਵਿੱਚ ਵਿੱਚ ਰੀਨਿਊ ਹੋ ਕੇ ਜਾਂ ਨਵਾਂ ਬਣ ਕੇ ਸਾਨੂੰ ਮਿਲਣਾ ਚਾਹੀਦਾ ਪਰ ਹੁਣ ਇਸ ਵੇਲੇ ਕੀ ਹੋ ਗਿਆ ਲਾਕਡਾਊਨ ਤੋਂ ਬਾਅਦ ਇਹ ਸਭ ਕੁਝ ਸ਼ੁਰੂ ਹੋਇਆ ਲਾਕਡਾਊਨ ਦੇ ਵਿੱਚ ਇਹ ਜਿਹੜੀਆਂ ਸਾਰੀਆਂ ਫਾਈਲਾਂ ਪੈਂਡਿੰਗ ਚਲਦੀਆਂ ਚਲਦੀਆਂ ਹੁਣ ਅੱਗੇ ਹੋ ਗਏ ਅਤੇ ਲਾਕਡਾਊਨ ਤੋਂ ਬਾਅਦ ਕੀ ਹੋਇਆ ਫਿਰ ਉਸ ਤੋਂ ਬਾਅਦ ਸਭ ਤੋਂ ਵੱਡੀ ਗੱਲ ਕੀ ਹੋਈ ਹੈ ਜੀ ਜਿਹੜਾ ਬ੍ਰੈਕਸਿਟ ਹੋਇਆ ਹੁਣ ਜਦੋਂ ਬ੍ਰੈਕਸਿਟ ਹੋਇਆ ਬ੍ਰੈਕਸਿਟ ਤੋਂ ਬਾਅਦ ਲੋਕਾਂ ਨੂੰ ਇਟਾਲੀਅਨ ਪਾਸਪੋਰਟ ਲੈਣ ਦੀ ਲੋੜ ਜ਼ਿਆਦਾ ਪਈ ਪਹਿਲਾਂ ਇਟਲੀ ਤੋਂ ਇੰਗਲੈਂਡ ਵਗੈਰਾ ਨੂੰ ਇੰਗਲੈਂਡ ਨੂੰ ਜਾਂ ਰੋਮ ਨੂੰ ਵਾਲੇ ਦਵਾਲੇ ਨੂੰ ਜਾਣ ਦੇ ਲਈ ਯੂਰਪ ਦੇ ਵਿੱਚ ਆਪਾਂ ਨੂੰ ਲੋੜ ਨਹੀਂ ਸੀ ਪਰ 2022 ਦੇ ਵਿੱਚ ਇਹਨਾਂ ਨੂੰ ਇਟਲੀ ਵਾਲਿਆਂ ਨੇ 1,81 ਤਕਰੀਬਨ 18,16,000 ਜਿਹੜੇ ਪਾਸਪੋਰਟ ਇਸ਼ੂ ਕੀਤੇ ਜੋ ਕਿ ਦੇਖਿਆ ਜਾਵੇ तकरीबन 1.5 ਲੱਖ ਦਾ ਮੀਡੀਅਮ ਮੌਸਤ ਗੱਡੀ ਚੱਲੀ ਜਾ ਰਹੀ ਹੈ ਜੋ ਸਰਕਾਰ ਨੇ ਆਂਕੜੇ ਦਿੱਤੇ ਹਨ ਹੁਣ ਇਹ ਕਹਿ ਰਹੇ ਸਰਕਾਰ ਵੀ ਜੱਕਦਮ ਹੀ ਇੰਨਾ ਕੰਮ ਪੈਣ ਦੇ ਨਾਲ ਬਹੁਤ ਹੀ ਪੈਂਡਿੰਗ ਕੰਮ ਚੱਲਣ ਦੇ ਨਾਲ ਜਿਹੜੀਆਂ ਤਰੀਕਾਂ ਨੇ ਬਹੁਤ ਅੱਗੇ ਜਾ ਰਹੀਆਂ ਨੇ ਪਰ ਇਸ ਚੀਜ਼ ਨੂੰ ਅਸੀਂ ਸੁਧਾਰਨ ਦੀ ਕਹਿੰਦੇ ਕੋਸ਼ਿਸ਼ ਕਰ ਰਹੇ ਹਾਂ ਤੇ ਬਹੁਤ ਹੀ ਛੇਤੀ ਕੋਸ਼ਿਸ਼ ਵੀ ਕੀਤੀ ਜਾਊਗੀ ਯੂਰਪ ਯੂਨੀਅਨ ਦੇ ਵਿੱਚ ਜੇ ਗੱਲਬਾਤ ਕੀਤੀ ਜਾਵੇ ਇਟਲੀ ਇੱਕ ਐਸਾ ਇਕਲੌਤਾ ਦੇਸ਼ ਆ ਜਿਸ ਨੇ ਸਭ ਤੋਂ ਜ਼ਿਆਦਾ ਫੰਡਿੰਗ ਲਈ ਆ ਤੇ ਉਹ ਜਿਹੜੀ ਫੰਡਿੰਗ ਦੇ ਪੈਸੇ ਖਰਚ ਕਿਤੇ ਹੋਇਆ 2021 2022 ਦੇ ਵਿੱਚ ਜੇ ਅਸੀਂ ਗੱਲ ਕਰਦੇ ਆ ਸਭ ਤੋਂ ਜ਼ਿਆਦਾ ਪੈਸੇ ਯੂਰਪ ਦੇ ਜਿੰਨੇ ਵੀ ਦੇਸ਼ ਆ ਇਹਨਾਂ ਨੇ ਪੈਸੇ ਇਟਲੀ ਵਾਲੇ ਨੇ ਫੰਡਿੰਗ ਲਈ ਹੁਣ ਇਸ ਟਾਈਮ ਆਉਣ ਵਾਲੇ ਦਿਨਾਂ ਦੇ ਵਿੱਚ ਇਸ ਫੰਡਿੰਗ ਬਾਰੇ ਵੀ ਗੱਲਬਾਤ ਕੀਤੀ ਜਾਊਗੀ ਕਿ ਇੰਨਾ ਸਾਰਾ ਪੈਸਾ ਲੈ ਕੇ ਸੁਧਾਰ ਕੇ ਇਸ ਕੇਂਦਰ ਦੇ ਵਿੱਚ ਕੀਤਾ ਕਿਹੜੇ ਸੈਕਟਰ ਦੇ ਵਿੱਚ ਕੀਤਾ ਰਾਜ ਦੀ ਤੋਂ ਦੀ ਚਿੱਤਾ ਦੀ ਨਾਂਸਾ ਸਰਕਾਰਾਂ ਬੰਦ ਕਰਨ ਜਾ ਰਹੀਆਂ ਨੇ ਬਹੁਤ ਸਾਰੀਆਂ ਸਹੂਲਤਾਂ ਦੇ ਉੱਤੇ ਰੋਕ ਲੱਗੀ ਜਾ ਰੋਕ ਲੱਗ ਰਹੀ ਆ ਪੈਟਰੋਲ ਡੀਜ਼ਲ ਸਭ ਕੁਝ ਵੱਧ ਰਿਹਾ ਤੇ ਸਹੂਲਤ ਪੈਸਾ ਇਹ ਕਿੱਥੇ ਗਿਆ ਕਿਤੇ ਕਿਸੇ ਮੰਤਰੀ ਨੇ ਇਹ ਜਿਹੜਾ ਪੈਸਾ ਪਛਾਤ ਨਹੀਂ ਲਿਆ ਤੇ ਨਾਲ ਹਾਜਮੂਲੇ ਦੀ ਗੋਲੀ ਤਾਂ ਨਹੀਂ ਖਾ ਲਈ ਜਿਹੜਾ ਕਿਸੇ ਨੂੰ ਪਤਾ ਵੀ ਨਹੀਂ ਲੱਗਾ ਉਸ ਤੋਂ ਬਾਅਦ ਇਟਲੀ ਦੇ ਵਿੱਚ ਇਟਲੀ ਦਾ ਇੱਕ ਸ਼ਹਿਰ ਦਾ ਜੀਸ ਸ਼ਹਿਰ ਦੀ ਹੁਣ ਅਸੀਂ ਗੱਲ ਕਰਨ ਜਾ ਰਹੇ ਹਾਂ ਉੱਥੇ ਇੱਕ ਪਬ ਪਬ ਵੀ ਅਸੀਂ ਕੀ ਕਹ ਸਕਦੇ ਹਾਂ ਪਬ ਹੈ ਇੱਕ ਡਿਸਕੋਟੇਕਾ ਇਹ ਉਹ ਡਿਸਕੋਟੇਕਾ ਇਟਲੀ ਦੇ ਕਿ ਸ਼ਹਿਰ ਦਾ ਸ਼ਹਿਰ ਕਿੱਥੇ ਆ ਨੌਰਦ ਲੁੰਬਰਦੀਆ ਦੇ ਵਿੱਚ ਪੁਰਦੇ ਸੌਰੀ ਲੁੰਬਰਦੀਆ ਨਹੀਂ ਇਹ ਪੁਰਦੇ ਨੋਨੇ ਦੇ ਵਿੱਚ ਹੁਣ ਇਹ ਜੋ ਪੁਰਦੇ ਨੋਨੇ ਦੇ ਵਿੱਚ ਉਹ ਡਿਸਕੋਟੇਕਾ ਆ ਜਿਸ ਦਾ ਮਾਲਕ ਦਾ ਨਾਮ ਪਾਈਪਰ ਆ ਡਿਸਕੋਟੇਕਾ ਤੇ ਇਸ ਡਿਸਕੋ ਟਿਕਏ ਦੇ ਵਿੱਚ ਇੱਕ ਖਾਸियत ਇਹ ਸਾਹਮਣੇ ਆਈ ਹੈ ਬਹੁਤ ਚਰਚਾ ਦੇ ਵਿੱਚ ਆ ਰਿਹਾ ਹੈ ਇਹ ਕਿ ਇਹ ਜਿਹੜਾ ਗੈਰ ਮੁਲਕੀਆਂ ਨੂੰ ਸਤਰਨਿਯੇਰੀ ਨੂੰ ਵੜਨ ਨਹੀਂ ਦੇ ਰਿਹਾ ਹੁਣ ਇਸ ਟਾਈਮ ਕਹਿ ਰਹੇ ਨੇ ਕਿ ਜੀ ਅਸੀਂ ਜਿਹੜਾ ਸਾਡੇ ਨੇੜੇ ਤੇੜੇ ਪਿੰਡ ਦਾ ਨਹੀਂ ਹੈਗਾ ਅਸੀਂ ਉਸ ਨੂੰ ਵੀ ਵੜਨ ਨਹੀਂ ਦਿੰਦੇ ਡਿਸਕੋ ਟਿਕਏ ਦੇ ਵਿੱਚ ਪਰ ਇਹਦੇ ਨਾਲ ਇਹ ਵੀ ਗੱਲ ਸਾਹਮਣੇ ਆ ਰਹੀ ਹੈ ਕਿ ਸ਼ਾਇਦ ਇਹ ਮੇਨ ਇਹਨਾਂ ਨੇ ਰੱਖਿਆ ਆ ਕਿ ਜਿਹੜੇ ਬਾਹਰਲੇ ਮੁਲਕ ਵਾਲੇ ਉਹ ਜਾ ਕੇ ਗੱਲ ਤੱਕ ਹਰਕਤਾਂ ਕਰਦੇ ਆ ਜਿਸ ਕਰਕੇ ਸ਼ਾਇਦ ਉਹਨਾਂ ਨੂੰ ਬਾੜਨ ਤੋਂ ਮਨਾਹੀ ਕੀਤੀ ਗਈ ਹੈ। ਮਿਲਾਨ ਤੋਂ ਅਗਲਾ ਅਪਡੇਟ ਆ ਰਿਹਾ ਜੀ ਮਿਲਾਨ ਦੇ ਵਿੱਚ ਇੱਕ 16 ਮਹੀਨੇ ਦੀ ਬੱਚੀ ਅਸੀਂ ਕਹਿ ਸਕਦੇ ਹਾਂ ਕਿ ਡੇਢ ਸਾਲ ਦੀ ਬੱਚੀ ਜਿਸ ਦੀ ਅੱਖਾਂ ਦੇ ਵਿੱਚ ਮਿਰਚਾਂ ਦੀ ਸਪਰੇਅ ਮਾਰੀ ਅਤੇ ਮਿਰਚਾਂ ਦੀ ਸਪਰੇਅ ਸਭ ਨੂੰ ਪਤਾ ਕਿ ਬਹੁਤ ਹੀ ਜ਼ਿਆਦਾ ਹਾਨੀਕਾਰਕ ਹੁੰਦੀ ਉਹਦੇ ਨਾਲ ਅੱਖਾਂ ਜਲ ਲੰਗ ਜਾਂਦੀਆਂ ਤੇ ਇੱਕ ਡੇਢ ਸਾਲ ਦੀ ਬੱਚੀ ਨੂੰ ਕਿੰਨੀ ਤਕਲੀਫ ਹੋਈ ਹੋਗੀ। ਜੇ ਜਿਹੜੀ ਮਿਰਚਾਂ ਵਾਲੀ ਸਪਰੇਆ ਕਿਸੇ ਹੋਰ ਨੇ ਨਹੀਂ ਮਾਰੀ ਉਸ ਦੀ ਆਪਣੀ ਸਾਕੀ ਮਾਂ ਨੇ ਮਾਰੀ ਆ ਤੇ ਉਹ ਮਾਰਨ ਦਾ ਕਾਰਨ ਇਹ ਹੈ ਕਿ ਉਸ ਲੜਕੀ ਉਸ ਬੱਚੀ ਨੂੰ ਹਸਪੀਟਲ ਦੇ ਵਿੱਚ ਐਡਮਿਟ ਕੀਤਾ ਜਾਵੇ ਇਹ ਵੀ ਦੱਸਿਆ ਜਾ ਰਿਹਾ ਹੈ ਕਿ ਲਾਸਟਲੇ ਕੁਝ ਟਾਈਮ ਦੇ ਵਿੱਚ ਤਿੰਨ ਵਾਰ ਇਸ ਬੱਚੀ ਨੂੰ ਹਸਪੀਟਲ ਦੇ ਵਿੱਚ ਲੈ ਕੇ ਆਇਆ ਇਹ ਸੀ ਕੇਸ ਦੇ ਵਿੱਚ ਉਸ ਤੋਂ ਬਾਅਦ ਉਹਨੂੰ 2-3 ਦਿਨ ਹਸਪੀਟਲ ਦੇ ਵਿੱਚ ਰੱਖਦੇ ਤੇ ਇਸ ਔਰਤ ਨੂੰ ਆਜ਼ਾਦੀ ਮਿਲ ਜਾਂਦੀ ਹੈ ਹੁਣ ਇਸ ਔਰਤ ਨੂੰ ਗ੍ਰਿਫਤਾਰ ਕਰ ਲਿਆ ਗਿਆ ਗ੍ਰਫਤਾਰ ਕਰਨ ਦਾ ਕਾਰਨ ਇਤੇ ਕੀ ਲੱਗਾ ਜੀ ਮਲਤ ਰਤਾ ਮਹਿੰਤਿਆ ਕਰਾ ਬਾਤੀ ਅਸੀਂ ਕਹਿ ਸਕਦੇ ਹਾਂ ਕਿ ਦੁਰਵਿਵਹਾਰ ਕੀਤਾ ਗਿਆ ਬੱਚੇ ਦੇ ਨਾਲ ਤੇ ਇਸ ਜਿਹੜੀ 1.5 ਸਾਲ ਦੀ ਬੱਚੀ ਹੈ ਇਹਨੂੰ ਸੋਸ਼ਲ ਸਰਵਿਸਾਂ ਦੇ ਕੋਲ ਛੱਡ ਦਿੱਤਾ ਗਿਆ ਕਿ ਇਸ ਨੂੰ ਬਾਅਦ ਵਿੱਚ ਸ਼ਾਇਦ ਮੋਰੇ ਭੇਜ ਦਿੱਤਾ ਜਾਊਗਾ ਜਿੱਥੇ ਇਸ ਨੂੰ ਇੱਕ ਸ਼ਾਇਦ ਵਧੀਆ ਘਰ ਦੇ ਵਿੱਚ ਰਹਿਣ ਦਾ ਬਸਣ ਦਾ ਮੌਕਾ ਮਿਲ ਸਕਦਾ ਹੈ ਅਗਲਾ ਅਪਡੇਟ ਜੋ ਆਪਣਾ ਆ ਰਿਹਾ ਜੀ ਇਟਲੀ ਦਾ ਇੱਕ ਐਸਾ ਇੱਕ ਐਸਾ ਸ਼ਹਿਰ ਜੋ ਨਾਰਥ ਏਰੀਆ ਦੇ ਵਿੱਚ ਆਉਂਦਾ ਜੋ ਬਰੇਸ਼ਾ ਏਰੀਆ ਦੇ ਵਿੱਚ ਆਉਂਦਾ ਇਹ ਉਹ ਸ਼ਹਿਰ ਆ ਜਿੱਥੇ ਸਭ ਤੋਂ ਵੱਧ ਜੁਰਮਾਨੇ ਹੁੰਦੇ ਆ ਤੇ ਸਭ ਤੋਂ ਵੱਧ ਲਾਇਸੈਂਸ ਰੱਦ ਕੀਤੇ ਜਾਂਦੇ ਜੇਕਰ ਤੁਸੀਂ ਨਵਾਂ ਨਵਾਂ ਲਾਇਸੈਂਸ ਲਿਆ ਜੇਕਰ ਤੁਹਾਡੇ ਕੋਲ ਪੁਰਾਣਾ ਵੀ ਲਾਇਸੈਂਸ ਆ ਜੇਕਰ ਤੁਸੀਂ ਨਹੀਂ ਚਾਹੁੰਦੇ ਕਿ ਤੁਸੀਂ ਵੀ ਇਸ ਇਹਨਾਂ ਦੇ ਅੜਿੱਕੇ ਚੜੋ ਤੇ ਇਸ ਪਿੰਡ ਵਿੱਚ ਕਦਮ ਨਾ ਰੱਖੋ ਇਹ ਕਿ ਪਿੰਡ ਕਿਹੜਾ ਜੀ ਇਹ ਪਿੰਡ ਆ ਇਟਲੀ ਦਾ ਬਰੇਸ਼ੀਆ ਦਾ ਰੋਵਾਟੋ ਏਰੀਆ ਇਸ ਇਟਲੀ ਦੇ ਵਿੱਚ ਰੋਵਾਟੋ ਏਰੀਆ ਇੱਕ ਐਸਾ ਸ਼ਹਿਰਵਾਜੀ ਜਿਹਦੇ ਵਿੱਚ ਮੂਲ ਤੇ ਜਰਮਾਨਿਆਂ ਦਾ ਜਿਹੜਾ ਢੇਰ ਵਰਸਦਾ ਉੱਥੇ ਦਾ ਜਿਹੜਾ ਕਮੂਨੇ ਆ ਉਹ ਕਮੂਨਾ ਕਹੇ ਤੇ ਉੱਥੇ ਜਿਹੜੇ ਕਮੂਨੇ ਵਾਲਿਆਂ ਦੀ ਜਿਹੜੀ ਮੇਨ ਇਨਕਮ ਦਾ ਸਰੋਤ ਹੀ ਇਹ ਅਸੀਂ ਕਹਿ ਸਕਦੇ ਹਾਂ ਜਰਮਾਨੇ ਬਣ ਕੇ ਨੇ ਹਰ ਮਹੀਨੇ 371 ਜਰਮਾਨੇ ਕੀਤੇ ਜਾਂਦੇ ਨੇ ਤਕਰੀਬਨ ਹਰ ਰੋਜ਼ ਉੱਥੇ 10-15 ਭੌਰ ਇਹਨਾਂ ਦੇ ਅੜਕੇ ਆ ਜਾਂਦੇ ਆ ਉਸ ਤੋਂ ਬਾਅਦ 12 ਬੰਦਿਆਂ ਨੂੰ ਜੁਰਮਾਨਾ ਆਈਡੀ ਇੰਦੇ ਦੇ ਨਾਲ ਕੀਤਾ ਜਾਂਦਾ ਹਰ ਰੋਜ਼ ਦਾ ਤੇ 4454 ਟੋਟਲ ਜੁਰਮਾਨੇ ਇੱਕ ਸਾਲ ਦੇ ਵਿੱਚ ਕੀਤੇ ਜਾਂਦੇ ਨੇ ਔਸਤ ਇਹਨਾਂ ਦੀ 4000 ਤੋਂ ਲੈ ਕੇ 45000 ਮਹੀਨੇ ਦੇ 4000 ਤੋਂ ਲੈ ਕੇ 45000 ਤੱਕ ਸਾਲ ਦੀ ਜਿਹੜੀ ਔਸਤ ਆ ਜਿਹੜਾ ਵੀ ਇਸ ਏਰੀਆ ਦੇ ਵਿੱਚ ਜਾਂਦਾ ਆ ਬਿਨਾ ਅਸੀਂ ਕਹਿ ਸਕਦੇ ਹਾਂ ਸ਼ਗਨ ਪੁਆਏ ਵਾਪਸ ਨਹੀਂ ਆਂਦਾ ਜੇਕਰ ਤੁਸੀਂ ਰਵਾਤੋਈ ਦੀਆਂ ਦੇ ਵਿੱਚ ਘੁੰਮ ਫਿਰ ਕੇ ਆਏ ਇਹਨਾਂ ਦਿਨਾਂ ਦੇ ਵਿੱਚ ਤੁਹਾਨੂੰ ਜੁਰਮਾਨਾ ਆਇਆ ਜਾ ਨਹੀਂ ਆ ਤੁਸੀਂ ਉਹ 10 ਤੋਂ 12 ਖੁਸ਼ ਨਸੀਬਾਂ ਦੇ ਵਿੱਚ ਕੈਟਾਗਰੀ ਵਿੱਚ ਹੋ ਜਾਂ ਨਹੀਂ ਤਾਂ ਸਾਨੂੰ ਲਿਖ ਕੇ ਜ਼ਰੂਰ ਦੱਸਿਓ ਸਲਾਮੀ ਜਿਹੜੇ ਖਾਨ ਦੇ ਮਸ਼ਹੂਰ ਨੇ ਜਿਹੜੇ ਸ਼ੌਕੀਨ ਨੇ ਇਸ ਗੱਲ ਨੂੰ ਨੋਟ ਜ਼ਰੂਰ ਕਰਨ ਇਹਨਾਂ ਦਿਨਾਂ ਦੇ ਵਿੱਚ ਜਿਹੜੀਆਂ ਸਲਾਮੀਆਂ ਮਾਰਕੀਟ ਤੋਂ ਵਾਪਸ ਲਈਆਂ ਜਾ ਰਹੀਆਂ ਨੇ ਤੇ ਫਿਰ ਰਰੇ ਆਲ ਬਾਲੀਆਂ ਜਿਹੜੀਆਂ ਕੰਪਨੀਆਂ ਇਹਨਾਂ ਦੀਆਂ ਪਰ ਇਹਨਾਂ ਦਿਨਾਂ ਦੇ ਵਿੱਚ ਕੰਪਨੀ ਜਿਹੜੀ ਵੀ ਮਰਜ਼ੀ ਹੋਵੇ ਕੱਚਾ ਮਾਸ ਦਾ ਸੇਵਨ ਕਰਨ ਤੋਂ ਪਰਹੇਜ਼ ਕਰੋ ਬਹੁਤ ਸਾਰੀਆਂ ਇਹਨਾਂ ਦਿਨਾਂ ਦੇ ਵਿੱਚ ਚੀਜ਼ਾਂ ਆ ਰਹੀਆਂ ਨੇ ਜਿਨ੍ਹਾਂ ਦੇ ਵਿੱਚ ਬਹੁਤ ਤਰ੍ਹਾਂ ਦੇ ਬੈਕਟੀਰੀਆ ਜੋ ਜ਼ਿਆਦਾਤਰ ਕੱਚੀਆਂ ਚੀਜ਼ਾਂ ਜਾਂ ਕੱਚਾ ਜਿਹੜਾ ਮੀਟ ਹੁੰਦਾ ਉਹਨਾਂ ਦੇ ਵਿੱਚ ਹੀ ਦੇਖਣ ਨੂੰ ਮਿਲ ਰਹੀਆਂ। ਇਸ ਦਾ ਮਤਲਬ ਇਹ ਨਹੀਂ ਕਿ ਅਸੀਂ ਨਿਊਜ਼ ਦਈਏ ਉਸ ਤੋਂ ਬਾਅਦ ਹੀ ਤੁਸੀਂ ਇਹਨਾਂ ਚੀਜ਼ਾਂ ਤੋਂ ਪਰਹੇਜ਼ ਕਰੋ ਕਿਉਂਕਿ ਕਈ ਵਾਰ ਨਿਊਜ਼ਾਂ ਵੀ 2-3 ਦਿਨ ਲੇਟ ਆਂਦੀਆਂ ਨੇ ਤੇ ਨਿਊਜ਼ਾਂ ਵਾਲੇ ਵੀ ਲੇਟ ਕਰ ਦਿੰਦੇ ਨੇ ਖਬਰਾਂ ਦੇ ਵਿੱਚ ਪਾਉਣ ਦੇ ਲਈ ਤਾਂ ਜੋ ਜਿਹੜਾ ਸਮਾਨ ਆ ਜ਼ਿਆਦਾ ਵਿਕ ਜਾਵੇ। ਇਟਲੀ ਦੇ ਵਿੱਚ ਇਸ ਟਾਈਮ ਇਹ ਵੀ ਗੱਲ ਦੱਸਿਆ ਜਾ ਰਿਹਾ ਹੈ ਕਿ ਇਟਲੀ ਦੇ ਵਿੱਚ ਹਰ 10 ਬੰਦਿਆਂ ਪਿੱਛੇ 4 ਬੰਦੇ ਅਸੀਂ ਇਦਾਂ ਕਹਿ ਸਕਦੇ ਹਾਂ ਹਰ 10 ਬੰਦਿਆਂ ਦੇ ਪਿੱਛੇ 4 ਬੰਦੇ ਇਹੋ ਜਿਹੇ ਨੇ ਕਿ ਜਿਨ੍ਹਾਂ ਨੂੰ ਅੱਖਾਂ ਦੀ ਪ੍ਰੋਬਲਮ ਅੱਖਾਂ ਦੀ ਪ੍ਰੋਬਲਮ ਅੱਖਾਂ ਦੀ ਨਿਗਾ ਘਟਣਾ ਅੱਖਾਂ ਦੇ ਵਿੱਚ ਕਿਸੇ ਵੀ ਤਰ੍ਹਾਂ ਰੰਗਾਂ ਦਾ ਪ੍ਰੇਸ਼ਾਨ ਨਾ ਹੋਣੀ ਇਹ ਇਟਲੀ ਦੇ ਵਿੱਚ ਇੱਕ ਆਮ ਗੱਲ ਬਣਦੀ ਜਾ ਰਹੀ ਹੈ ਤੇ ਇਸ ਦੇ ਲਈ ਇਟਲੀ ਦੇ ਵਿੱਚ ਇੱਕ ਨਵੀਂ ਡਾਈਟ ਤਿਆਰ ਕੀਤੀ ਆ ਇਹਦੇ ਬਾਰੇ ਆਉਣ ਵਾਲੇ ਦਿਨਾਂ ਦੇ ਵਿੱਚ ਤੁਹਾਡੇ ਨਾਲ ਗੱਲ ਜਰੂਰ ਕਰਾਂਗੇ ਕਿ ਇਹ ਕਿਹੜੀ ਡਾਈਟ ਆ ਜਿਸ ਦੇ ਨਾਲ ਤੁਸੀਂ ਆਪਣੀ ਨਿਗਾ ਜਿਹੜੀ ਅੱਖਾਂ ਦੀ ਤੇਜ਼ ਕਰ ਸਕਦੇ ਆ ਇਲ ਵਰਗੀਆਂ ਅੱਖਾਂ ਤੁਹਾਡੀਆਂ ਵੀ ਹੋ ਸਕਦੀਆਂ ਨੇ ਇਹ ਸਨ ਹੁਣ ਤੱਕ ਦੀਆਂ ਕੋਸ਼ਿਸ਼ਾਂ ਖਬਰਾਂ ਮਿਲਾਂਗੇ ਤੁਹਾਡੇ ਨਾਲ ਅਗਲੇ ਅਪਡੇਟ ਦੇ ਵਿੱਚ ਉਨਾ ਟਾਈਮ ਆਪਣਾ ਆਪਣੇ ਘਰ ਪਰਿਵਾਰ ਦਾ ਰੱਖਿਓ ਖਿਆਲ ਜੀ ਸੋਨ ਰਹੇ ਇਟਾਲੀਨ ਖਬਰਾਂ ਤੋਂ ਹੀ ਕੁਲਵੀਰ ਸਿੰਘ ਨਾਲ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ